बीजेपी दे सीनियर आगू हरजीत सिंह गरेवाल ने साडे सहयोगी अरुण आहूजा नाल खास गलबात कीती। की कुछ कहा उन्होंने तुसी भी सुनो। पंजाब दी राजनीति दे विच काफी फेरबदल होंदा नज़र आ रहा है। बीजेपी दी जे असी गल करिए काफ़ी कयास लगाए जा रहे हैं क्योंकि वड्डे जिहड़े लीडर ने अकाली दल दे विच मुड़ शामिल होण जा रहे ने। काफ़ी जिहड़ियां चर्चावां चल रही ने साडे नाल बीजेपी दे सीनियर आगू श्री हरजीत गरेवाल साडे नाल मौजूद ने। असी उन्हां नाल गलबात करांगे क्योंकि हरजीत सिंह भुल्लर जिहड़े बीजेपी तो अकाली दल दे विच कल नूं शामिल होण जा रहे ने उन्हां वल्लों काफ़ी विवादित बयान दिते गए ने हरजीत सिंह गरेवाल बारे असी गलबात करांगे। गरेवाल साहब सब तो पहला तो स्वागत है तुहाडा इंडिया न्यूज़ ते जी। तो गरेवाल साहब हरजीत भुल्लर ने एक तुहाडे बारे बयान दिता कि हरजीत गरेवाल थानेदार वाली बोली बोलता जिस करके सारा मसला बिगड़िया तो किसान जिहड़े हैगे ने उह ज़्यादा गुस्से दे विच हैगे ने ते तां ही अंदोलन इन्ना लंबा चल गया, नहीं हुण तक तां समझौता भी हो जाणा सी। इस तरह पहली गल तां हरजीत सिंह भुल्लर जिहड़े आ ਉਹ ਸਾਡੀ ਪਾਰਟੀ ਦੇ ਇਸ ਵੇਲੇ ਪ੍ਰਾਇਮਰੀ ਮੈਂਬਰ ਵੀ ਨਹੀਂ ਹੈ। ਪਿਛਲੇ 8-9 ਸਾਲ ਤੋਂ ਉਹ ਸਾਡੇ ਜ਼ਿਲ੍ਹੇ ਦੇ ਪਦਾਧਿਕਾਰੀ ਪਹਿਲਾਂ ਰਹੇ ਆ ਮੋਹਾਲੀ ਜ਼ਿਲ੍ਹਾ ਦੇ, ਅਤੇ ਉਹਦੇ 'ਚ ਉਹ ਖਾਲੀ ਵਾਈਸ ਪ੍ਰਧਾਨ ਇੱਕ ਵਾਰ ਰਹੇ ਆ, ਇੱਕ ਵਾਰ ਸ਼ਾਇਦ ਸੈਕਟਰੀ ਰਹੇ ਆ, ਅਤੇ ਹੁਣ 8-9 ਸਾਲ ਤੋਂ ਕੁਛ ਨਹੀਂ ਹੈ। ਉਹ ਭਾਰਤੀ ਕਿਸਾਨ ਸੰਘ ਵਿੱਚ ਸੀਗੇ, ਉਹਦਾ ਬੀਜੇਪੀ ਨਾਲ ਕੋਈ ਤਾਲੁਕ ਨਹੀਂ ਹੈ, ਅਤੇ ਉਹਦੇ 'ਚੋਂ ਵੀ ਹੁਣ ਉਹ ਚਲੇ ਗਏ ਨੇ। ਅਤੇ ਇਸ ਕਰਕੇ ਉਹਨਾਂ ਦੀਆਂ ਗੱਲਾਂ ਦੇ ਜਵਾਬ ਦੇਣਾ, ਅਸੀਂ ਆਪਣੀ ਪਾਰਟੀ ਨੂੰ ਕਿੱਦਾਂ ਚਲਾਉਣਾ, ਅਸੀਂ ਕੀ ਬੋਲਣਾ, ਕੀ ਕਹਿਣਾ ਔਰ ਸਾਡੀ ਪਾਰਟੀ ਦੀ ਮਰਿਆਦਾ ਕੀ ਆ, ਉਹ ਅਸੀਂ ਉਹਦੇ ਤੋਂ ਸਿੱਖਣ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਔਰ ਉਹ ਆਪਣੇ ਉਹ ਨਾ ਗੈਰ ਜ਼ਿੰਮੇਦਾਰ ਵਿਅਕਤੀ ਹੈ ਅਤੇ ਗੈਰ ਜ਼ਿੰਮੇਦਾਰਾਂ ਨਾਲ ਗੱਲਾਂ ਕਰਦਾ, ਇਹ ਪਤਾ ਨਹੀਂ ਕਿਉਂ ਮੀਡੀਆ ਉਹਦੀਆਂ ਗੱਲਾਂ ਨੂੰ ਸੁਣ ਰਿਹਾ, ਕਿਉਂ ਕਰ ਰਿਹਾ। ਸਾਡਾ ਕੋਈ ਬੜਾ ਲੀਡਰ ਨਹੀਂ, ਸਾਡਾ ਕੋਈ ਵਰਕਰ ਵੀ ਉਹਦੇ ਨਾਲ ਨਹੀਂ ਜਾ ਰਿਹਾ। ਜੇ ਅਨਿਲ ਜੋਸ਼ੀ ਬਾਰੇ ਗੱਲ ਕਰੋ ਉਹ ਤਾਂ ਗੱਲ ਬਣਦੀ ਹੈ ਕਿ ਕੈਬਨਿਟ ਮਿਨਿਸਟਰ ਰਹੇ ਆ, MLA ਸੁਖਪਾਲ ਨੰਨੂ ਬਾਰੇ ਕਰੋ ਉਹ MLA ਰਹੇ ਆ, ਗੱਲ ਬਣਦੀ ਹੈ। ਉਹਦੇ ਬਾਰੇ ਤਾਂ ਕੋਈ ਗੱਲ ਬਣਦੀ ਨਹੀਂ ਹੈ। ਅਤੇ ਉਹ ਜਿਹੜੀਆਂ ਗੱਲਾਂ ਕਰਦੇ ਨੇ ਉਹ ਤਾਂ ਕਿਸੇ ਨੂੰ ਇਹ ਵੀ ਕਹਿ ਰਹੇ ਸੀ ਚੈਨਲ 'ਤੇ, ਮੇਰੇ ਤੋਂ ਪੁੱਛਿਆ ਕਿ ਗਰੇਵਾਲ ਸਿਕਿਉਰਿਟੀ ਲੈਣ ਲਈ ਬੋਲਦਾ। ਮੇਰੇ ਕੋਲ ਤਾਂ ਸਿਕਿਉਰਿਟੀ ਪਿਛਲੇ 20-25 ਸਾਲ ਤੋਂ, ਮੈਂ 10 ਸਾਲ ਤਾਂ ਪੰਜਾਬ ਸਰਕਾਰ 'ਚ ਰਹਿ ਗਿਆ, ਕੋਈ ਨਵੀਂ ਸਿਕਿਉਰਿਟੀ ਲਈ ਆ? ਉਹ ਮਤਲਬ ਨਾ ਤਾਂ ਉਹਨੂੰ ਬਰਾਬਰ ਜਾਣਕਾਰੀ ਅਤੇ ਨਾ ਕੁਛ। ਫਿਰ ਉਹ ਕਹਿੰਦਾ ਇਹ ਆਪਦੀ ਕੰਸਟੀਚੁਐਂਸੀ 'ਚ ਪਿਛਲੇ 8 ਮਹੀਨਿਆਂ ਤੋਂ ਨਹੀਂ ਗਿਆ। ਅਰੇ ਮੇਰਾ ਦਫ਼ਤਰ ਤਾਂ ਹੁਣ ਵੀ ਖੁੱਲ੍ਹਿਆ ਹੋਇਆ ਉੱਥੇ, ਹਰ ਰੋਜ਼ ਖੁੱਲ੍ਹਦਾ। ਅਤੇ ਪੰਜਾਬ 'ਚ ਜੇ ਕੋਈ ਦਫ਼ਤਰ ਖੁੱਲ੍ਹਦਾ ਬੀਜੇਪੀ ਦਾ ਤਾਂ ਉੱਥੇ ਹੀ ਖੁੱਲ੍ਹਦਾ। ਅਤੇ ਇਹ ਜਿਹੜੀਆਂ ਗੱਲਾਂ ਕਰਨੀਆਂ ਨੇ ਇਹ ਗੈਰ ਜ਼ਿੰਮੇਦਾਰਾਨਾ ਗੱਲਾਂ ਨੇ, ਬਿਨਾਂ ਜਾਣਕਾਰੀ ਤੋਂ ਨੇ ਔਰ ਬਿਨਾਂ ਸੂਝ ਬੂਝ ਦੀਆਂ ਨੇ। ਔਰ ਇੱਕ ਮਿਆਰੀ ਗੱਲ ਹੋਵੇ ਉਹਦਾ ਤਾਂ ਆਪਾਂ ਜਵਾਬ ਦੇਈਏ, ਜਾਂ ਕੋਈ ਮਿਆਰੀ ਵਿਅਕਤੀ ਹੋਵੇ ਉਹਦਾ ਜਵਾਬ ਦੇਈਏ। ਇਸ ਕਰਕੇ ਮੈਂ ਉਹਦੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦੇਣਾ। ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਤਲਬ ਕੀਤਾ ਗਿਆ ਦਿੱਲੀ, ਕਿਹਾ ਜਾ ਰਿਹਾ ਕਿ ਬੀਜੇਪੀ ਦਾ ਜਿਹੜਾ ਢਾਂਚਾ ਉਹ ਬਿਲਕੁਲ ਹਿੱਲ ਚੁੱਕਿਆ ਅਤੇ ਵੱਡੇ ਲੀਡਰ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਇਸੇ ਕਰਕੇ ਜਿਹੜੀ ਪ੍ਰਧਾਨਗੀ ਦੀ ਕੁਰਸੀ ਹੈਗੀ ਆ ਉਹ ਖਤਰੇ ਦੇ ਵਿੱਚ ਹੈਗੀ ਆ ਅਸ਼ਵਨੀ ਸ਼ਰਮਾ ਦੀ। ਅਤੇ ਹਰਜੀਤ ਭੁੱਲਰ ਦੀ ਜੇ ਦੁਬਾਰਾ ਮੈਂ ਮੁੜ ਕੇ ਉਹਨਾਂ ਦੀ ਗੱਲ 'ਤੇ ਆਵਾਂ ਤਾਂ ਉਹਨਾਂ ਨੇ ਇਹ ਵੀ ਦੋਸ਼ ਲਗਾਏ ਨੇ ਕਿ ਹਰਜੀਤ ਸਿੰਘ ਗਰੇਵਾਲ ਪ੍ਰਧਾਨਗੀ ਦੀ ਕੁਰਸੀ ਚਾਹੁੰਦਾ ਹੈਗਾ। ਉਹਨੂੰ ਫਿਰ ਪਾਰਟੀ ਦੇ ਵਿੱਚ ਮਰਿਆਦਾ ਦਾ ਨਹੀਂ ਪਤਾ, ਅਤੇ ਸਾਡੇ ਪ੍ਰਧਾਨ ਕਿਸੇ ਇੱਕ ਨੇ ਬਣਨਾ ਹੁੰਦਾ, ਪਾਰਟੀ ਸਾਰੇ ਮਿਲ ਕੇ ਚਲਾਉਂਦੇ ਆ। ਉਹਦੇ ਕਹਿਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ, ਨਾ ਮੇਰੀ ਪਾਰਟੀ ਨੂੰ ਪੈਣਾ। ਉਹਨੇ ਜੋ ਬੋਲਣਾ ਉਹ ਬੋਲਦਾ ਰਹੇ, ਨਾ ਉਹਦੀ ਗੱਲ ਦਾ ਮੈਂ ਕੋਈ ਜਵਾਬ ਦੇਣਾ। ਮੈਂ ਉਸ ਲੈਵਲ ਦਾ ਉਹਨੂੰ ਸਮਝਦਾ ਨਹੀਂ ਕਿ ਉਹਦਾ ਜਵਾਬ ਦੇਵਾਂ। ਜੇ ਕੋਈ ਗੱਲ ਅਨਿਲ ਜੋਸ਼ੀ ਕਹੇ ਜਾਂ ਸੁਖਪਾਲ ਨੰਨੂ ਕਹਿੰਦਾ ਹੋਵੇ ਉਹਦੇ ਜਵਾਬ ਤੁਸੀਂ ਮੇਰੇ ਕੋਲੋਂ ਲੈ ਸਕਦੇ ਹੋ, ਪਰ ਉਹਦੀਆਂ ਗੱਲਾਂ ਦੇ ਜਵਾਬ ਅਸੀਂ ਠੀਕ ਨਹੀਂ। ਤੁਸੀਂ ਅਨਿਲ ਜੋਸ਼ੀ ਪ੍ਰਧਾਨ ਜੀ, ਮੈਂ ਦੱਸ ਦਿੰਦਾ ਕਿ ਅਸ਼ਵਨੀ ਜੀ ਨੂੰ ਕੋਈ ਨਹੀਂ ਹਟਾਉਣ ਜਾ ਰਿਹਾ, ਵਧੀਆ ਕੰਮ ਕਰ ਰਹੇ ਨੇ, ਅਸੀਂ ਸਾਰੇ ਉਹਨਾਂ ਦੇ ਨਾਲ ਹਾਂ, ਐਸੀ ਕੋਈ ਗੱਲ ਨਹੀਂ। ਅਨਿਲ ਜੋਸ਼ੀ ਜੀ ਨੂੰ ਤੁਸੀਂ ਹੁਣ ਵੀ ਕੋਈ ਅਪੀਲ ਕਰਨਾ ਚਾਹੋਗੇ? ਦੇਖੋ ਹੁਣ ਤਾਂ ਉਹ ਸਟੇਜ ਨਿਕਲ ਗਈ ਮੇਰੀ ਅਪੀਲ ਦੀ, ਅਤੇ ਮੈਂ ਤਾਂ ਚਾਹੁੰਦਾ ਸੀ ਉਹ ਪਾਰਟੀ 'ਚ ਰਹੇ, ਕੋਈ ਵੀ ਨਾ ਜਾਵੇ ਸਾਡਾ, ਪਰ ਉਹ ਫਿਰ ਪਾਰਟੀ ਨੂੰ ਡਿਸਿਪਲਿਨਰੀ ਐਕਸ਼ਨ ਲੈਣਾ ਪਿਆ ਕੁਛ 6 ਸਾਲ ਵਾਸਤੇ ਪਾਰਟੀ ਨੇ, ਕਿਉਂਕਿ ਸਾਡੇ ਕੋਈ ਪੰਜਾਬ ਦੀ ਟੋਲੀ ਨੇ ਤਾਂ ਉਹਨੂੰ ਕੱਢਿਆ ਨਹੀਂ ਹੈ। ਉਹ ਤਾਂ ਉੱਪਰੋਂ ਗੱਲ ਆਈ ਅਤੇ ਉਹਨਾਂ ਨੂੰ ਕੋਲ ਗੱਲ ਪਹੁੰਚੀ, ਉਹਨਾਂ ਨੇ ਫੈਸਲਾ ਲਿਆ। ਅਤੇ ਜਦੋਂ ਆਲ ਇੰਡੀਆ ਪ੍ਰਧਾਨ ਫੈਸਲਾ ਲੈਂਦੇ ਨੇ ਅਤੇ ਫਿਰ ਆਲ ਇੰਡੀਆ ਪ੍ਰਧਾਨ ਹੀ ਦੱਸਣਗੇ ਕਿ ਕੀ ਕਰਨਾ ਕੀ ਨਹੀਂ ਕਰਨਾ, ਸਾਡੀ ਅਪੀਲ ਦਾ ਉਹਦੇ 'ਤੇ ਕੋਈ ਫਰਕ ਨਹੀਂ ਪੈਂਦਾ। ਸੈਂਟਰ ਦੇ ਵਿੱਚ ਤੁਹਾਡੀ ਸਰਕਾਰ ਹੈਗੀ ਆ, 2022 ਦੀਆਂ ਚੋਣਾਂ ਵੀ ਬਹੁਤ ਨੇੜੇ ਆ ਗਈਆਂ ਨੇ, ਤੁਹਾਨੂੰ ਕੀ ਲੱਗਦਾ 2022 ਦੀਆਂ ਚੋਣਾਂ ਦੇ ਵਿੱਚ ਬੀਜੇਪੀ ਦੀ ਕੀ ਪੋਜੀਸ਼ਨ ਹੋਵੇਗੀ? ਦੇਖੋ ਸਾਡੀ ਪਾਰਟੀ, ਅਸੀਂ ਭਾਰਤੀ ਜਨਸੰਘ ਤੋਂ ਬੀਜੇਪੀ ਬਣੇ ਹਾਂ। ਭਾਰਤੀ ਜਨਸੰਘ 500-1000 ਵੋਟਾਂ ਲੈਣ ਲਈ ਚੁਣਾਵ ਲੜਿਆ ਕਰਦੀ ਸੀ ਔਰ ਉਦੋਂ ਵੀ ਜਿੱਤ ਦੇ ਅੰਦਾਜ਼ 'ਚ ਹੀ ਲੜਦੀ ਸੀ ਪੂਰੇ ਜੋਸ਼ ਨਾਲ। ਜੇ ਅਸੀਂ ਉਦੋਂ ਚੁਣਾਵ ਨਾਲ ਲੜੇ ਹੁੰਦੇ, ਹਾਰਨ ਵਾਸਤੇ ਨਾ ਲੜੇ ਹੁੰਦੇ, ਜ਼ਮਾਨਤਾਂ ਜ਼ਬਤ ਕਰਾਉਣ ਲਈ ਨਾ ਲੜੇ ਹੁੰਦੇ,
ते अज असी प्रधानमंत्री भी ना बनाते तो दुनिया का सब तो बड़ा राजनीतिक दल ना होंगे। तो इस करके अज पंजाब के अंदर तो कश्मीर च असी चोणां लड़ियां, सरकार बनाने भी कामयाब रहे, साढ़े वर्करां नूं शहीद किया जाता सी। वैसट बंगाल के अंदर असी चोणां लड़ियां, साढ़े वर्करां नूं शहीद किया गया 140 के करीब, 25-30 बाद च भी कर दिते। तो उस दे बावजूद भी असी उत्थे 3 तों 77 हो गए और 10% वोटों तो 37% वोटों से चले गए। ये लोगों को गलत मैसेज देंगे आके राजेवाल होनी असी मांझते तो असी जो 200 तो असी 3 लिया सन, असी तो 3 तों 77 से चले गए। मांझी तो उत्थे कांग्रेस गई, मांझे कम्यूनिस्ट गए, उन्होंने कुछ भी नहीं है उत्थे। इस करके सारिया हुण इत्थे साडे कोल 2 सीटां ने जी, पंजाब दे अंदर 2 ही ने ना, मैं झूठ तां नहीं बोल रहा। तो 2 तों असी तां वधना ही हाँ, सानू कौन कटा दूगा जी। फिर भी जिवें नगर निगम दी चोणां दे विच भी तुसीं देखिया होना की पोजिशन रही है, हमले भी होए ने बीजेपी कैंडीडेटां ते, तो तुहानूं लगदा 2022 दी चोणां दे विच इक भी सीट बीजेपी लैके जा सकदी है? अज भी हो रहे आ हमले, सरकारी वर्द हस्ता उहदे च। एक होर गल हैगी गरेवाल साहब, तुसीं राजेवाल साहब नूं भी काफ़ी कोशिश की है सरकार दे नाल समझौते कराउण दी, तुसीं उहनां नूं किद्दां देखदे हो, राजेवाल दी की भूमिका हैगी अंदोलन दे विच? भूमिका कुछ नहीं, हूँ अंदोलन राजेवाल के हाथ च नहीं है, राजेवाल डिसीजन लैन की ताकत नहीं रखते, हूँ ये अलग अलग हाथों चा और अलग अलग विचारधारा के लोग ये है। और सारे किसान लीडर बुरे नहीं है, किसान हितों लिए भी खड़े है, और जो किसान सड़कों पर बैठे जेन्यून किसान बैठे है, उन्होंने रात आ गए थोड़ी तो जमीन खो लेनी है, तो जट तो जो कह दो तेरी जमीन खो लेनी है तो वह मरण बनते हो जाता। तो ये असल च गुमराह करके लगाए हुए है। वैसे जिहड़ा हैगा सरकार ने सारिया तर्कसंगत गल्लां मन लिया, किसान हित दियां जिहड़ियां पूरक ने, यह अंदोलन किसान हितां दा पूरक नहीं है, यह अंदोलन सियासी हितां दा पूरक आ। कोई चुनाव लड़े, कोई सब नूं अधिकार है, डेमोक्रेसी है, कोई पोलीटिकल पार्टी बनावे सब नूं अधिकार है, डेमोक्रेसी है, कोई अंदोलन भी शांतमई करे सब नूं अधिकार है, पर यह अंदोलन एक तो शांतमई नहीं है, यह हिंसक आ, और दूसरा सरकारी वर्द हस्ता और क्रिमिनल्स ते कार्रवाई नहीं होंदी, एक्शन नहीं होंदा। जिवें MLA दे कपड़े फाड़ते और मॉब लिंचिंग हुई, सारे नूं पता, वीडियो बने, सब कुछ बनया, लोग आइडेंटिफाई होए, उन्हां दे मुकदमे भी सही नहीं बनाए गए, जे बनाए भी गए फड़ भी लए। तो एक संयुक्त किसान मोर्चा के लीडर ने जगजीत सिंह डल्लेवाल जाके धरने ते बैठ गए कि इन्हां नूं छड्डो, ये तो शरीफ लोग ने, वीडियो बनी हुई है और सरकार और पुलिस उन्होंने अगे झुकती है जी। फिर भी केंद्र दे विच तुहाडी सरकार हैगी है, ते तुसीं पंजाब सरकार ते अपना दबाव बना सकते हो? नहीं, दबाव की गल, ये तो दबाव लोगों ने बनाना, लोगों नूं हुण उन्होंने इनसिक्योर फील करना शुरू कर दिया। एक आखिरी सवाल है गरेवाल साहब, चोणों के 2022 विधानसभा चोणों के तुसीं कि सीट तो चोणा लड़न जा रहे हो बीजेपी वालों? देखो मेरा रोल तो मेरी पार्टी और मेरा संगठन तय करता। वैसे मैं पिछली बार राजपुरा विधानसभा तो लड़िया सी, मैं पिछले 5 साल तो उत्थे ही काम कर रहा हूं, तो उत्थे ही मैं मेरा दफ्तर भी काम करदा, तो सारे कार्यकर्ता नाल मिल के काम करदे हां असीं। तो बाकी तो मेरा रोल तो मेरे संगठन ने तय करना, मैं आपदे आप कुछ तय नहीं करदा जी, मैनूं वो दस्सण जी। सो तुसीं देखिया हरजीत सिंह गरेवाल होरां ने सारे जिहड़े दोष सीगे हरजीत सिंह भुल्लर वल्लों लगाए गए उन्होंने सिरे तो नकार दिता। इन्होंने कहा कि अनिल जोशी बारे जेकर मैनूं पुछा जावे तो मैं उहदा जवाब दे हैगा, परंतु हरजीत सिंह भुल्लर जिन्हां दा पार्टी दे नाल कोई सारोकार नहीं हैगा उन्हां बारे मैं सवालों के जवाब देना जरूरी नहीं समझता। कैमरामैन परमिंदर सिद्धू दे नाल अरुण आहूजा, इंडिया न्यूज़, चंडीगढ़।